ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਟਾਈਮ ਅਸੀਂ ਗੁਰਦੁਆਰਾ ਸਾਹਿਬ ਵੱਡਾ ਕੱਲੂ ਘਰਾ ਪਿੰਡ ਕੁੱਪਕਲਾਂ ਦੇ ਵਿੱਚ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੌਫਟ ਸੈਟੀ ਦੇ ਮੈਨੇਜਮੈਂਟ ਅਤੇ ਹੋਰ ਬਹੁਤ ਕਿਸਾਨ ਭਰਾ ਇਕੱਤਰ ਹੋਏ ਨੇ ਤੇ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਨਿਮਰਤਾ ਸਹਿਤ ਅਪੀਲ ਕਰਨੀ ਚਾਹੁੰਦੇ ਆ ਬਈ ਜੋ ਧੂਏ ਦਾ ਮਸਲਾ ਹੈ ਇਹ ਹਰ ਸਾਲ ਬੜੀ ਵੱਡੀ ਪੱਧਰ ਦੇ ਉੱਤੇ ਇਹ ਆ ਕੇ ਆ ਸੀਜ਼ਨ ਦੇ ਵਿੱਚ ਹਾਈਲਾਈਟ ਹੁੰਦਾ ਸਾਡੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਉੱਤੇ ਪਰਚੇ ਦਰਜ ਵੀ ਹੁੰਦੇ ਨੇ ਬੇਸ਼ੱਕ ਜੋ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਹੋਰ ਲੱਖ ਪ੍ਰੋਡਿਊਸਰ ਹੋਵੇ ਚਾਹੇ ਪਟਾਕਿਆਂ ਤੋਂ ਸਾਰਾ ਸਾਲ ਹੀ ਪ੍ਰੋਡਿਊਸ਼ਨ ਚੱਲੀ ਜਾਵੇ ਕਿਸੇ ਦੇ ਕੋਈ ਪਰਚਾ ਦਰਜ ਨਹੀਂ ਹੁੰਦਾ ਪਰ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਆ ਕੇ ਪਰਚੇ ਦਰਜ ਹੁੰਦੇ ਨੇ ਪਰ ਅਸੀਂ ਸਾਰੇ ਨਗਰ ਨਮਾਸੀਆਂ ਨੇ ਇਹ ਗੱਲ ਉਹਨੂੰ ਸੋਚਿਆ ਵਿਚਾਰਿਆ ਵੀ ਜੋ ਪੰਜਾਬ ਦਾ ਵਾਤਾਵਰਨ ਹੈ ਉਹ ਖਰਾਬ ਹੋ ਰਿਹਾ ਆਪਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਾਡੇ ਨਗਰ ਦੇ ਵਿੱਚ ਐ ਸਾਲ 98% ਲੋਕਾਂ ਨੇ ਅਗਨੀ ਲਾਈ 98% ਜਿਹੜੇ 2% ਲੋਕਾਂ ਨੇ ਅੱਗ ਲਾਈ ਵੀ ਆ ਉਹ ਵੀ ਜਾਣਦੀ ਜਿਵੇਂ ਜੀਰੀਆਂ ਵਿੱਚ ਦਾਣਾ ਮੰਡੀਆਂ ਜਾਮ ਲੱਗ ਗਿਆ ਜੀਰੀਆਂ ਡਿਗਪੀਆਂ ਉਹ ਡਿਗਣ ਕਾਰਨ ਐਸਐਮਐਸ ਨਹੀਂ ਚੱਲ ਸਕੀ ਉੱਥੇ ਕਿਸਾਨ ਭਰਾਵਾਂ ਨੇ ਜੋ ਮਗਰ ਪਰਾਲੀ ਆ ਉਹਨੂੰ ਅੱਗ ਲਾਈਆ ਟੰਡੇ ਨੂੰ ਉੱਥੇ ਵੀ ਅੱਗ ਨਹੀਂ ਲਾਈ ਤੇ ਤਕਰੀਬਨ 90% ਜੋ ਬਜਾਈ ਹੈ ਸਾਡੇ ਨਗਰ ਦੇ ਵਿੱਚ ਉਹ ਸੁਪਰ ਸੀਟਰ ਨਾ ਹੋਈ ਆ ਤੇ 4 ਤੋਂ 5% ਵਜਾਈ ਆ ਉਹ ਜੋ ਰੋਟਾ ਬਿਟਰੂਤ ਵਾਲੇ ਮਸ਼ੀਨਾ ਫਿੱਟ ਕਰੀਆਂ ਹੋਈਆਂ ਨੇ ਉਹਨਾਂ ਨਾਲ ਹੋਈ ਆ ਤਕਰੀਬਨ 2 ਤੋਂ 3% ਆ ਜੋ ਉਹ ਗੱਠਾਂ ਵੀ ਬੰਨੀਆਂ ਨੇ ਇਸ ਵਾਸਤੇ 98% ਵਜਾਈ ਆ ਜੋ ਬਿਨਾਂ ਅੱਗ ਲੈ ਕੀਤੀ ਗਈ ਆ ਜੋ ਸਕਸੈਸਫੁਲ ਵੀ ਆ ਸਾਨੂੰ ਬਹੁਤ ਸਾਰੀਆਂ ਅਸੀਂ ਜੋ ਸੋਸ਼ਲ ਮੀਡੀਆ ਰਾਹੀਂ ਦੇਖਦੇ ਆਂ ਕਹਿੰਦੇ ਵੀ ਸੁਪਰ ਸੀਡਰ ਦੇ ਨਾਲ ਸੁੰਡੀ ਪੈ ਤਾਂ ਹੋ ਕੇ ਕਣ ਖਰਾਬ ਹੁੰਦੀ ਆ ਇਸ ਵਿਸ਼ੇ ਤੇ ਅਸੀਂ ਖੇਤੀ ਮਾਰੋਂ ਕਹਿਣੀ ਚਾਹੁੰਦੇ ਜਿੱਥੇ ਕੋਈ ਪ੍ਰੋਬਲਮ ਆਉਂਦੀ ਆ ਉਹਦਾ ਹੱਲ ਕਰੋ ਤਾਂ ਕਿ ਸਾਰਾ ਪੰਜਾਬ ਹੀ ਜੋ ਧੂਆਂ ਮੁਕਤ ਹੋ ਸਕੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿਵੇਂ ਛੋਟੇ ਕਿਸਾਨ ਨੇ ਉਹਨਾਂ ਨੇ ਬਹੁਤ ਜ਼ਿਆਦਾ ਕਿਰਾਏ ਤੇ ਵੀ ਬਜਵਾਈ ਆ ਜਿਹਨਾਂ ਕੋਲ ਵੱਡੀ ਮਸ਼ੀਨਰੀ ਨਹੀਂ ਸੀ ਜਾ ਆਪਸੀ ਭਾਈਚਾਰੇ ਦੇ ਨਾਲ ਵੀ ਉਹਨਾਂ ਦੀ ਜੋ ਬਜਾਈ ਹੈ ਤੇਲ ਪਾ ਕੇ ਟਰੈਕਟਰ ਦੇ ਉੱਤੇ ਕੀਤੀ ਗਈ ਆ ਤੇ ਸਾਨੂੰ ਇਹ ਸਫਲਤਾ ਵੀ ਮਿਲੀ ਆ ਕਿਉਂਕਿ ਭਰਾਵੋ ਆਪਾਂ ਨੂੰ ਪਤਾ ਕਈ ਵਾਰੀ ਜਦ ਉਧਰੋਂ ਜੀਰੀਆ ਸੀਜ਼ਨ ਹੁੰਦਾ ਵਿੱਚ ਦੀਵਾਲੀ ਆ ਜਾਂਦੀ ਆ ਉਹ ਰਾਤ ਲੋਕਾਂ ਨੂੰ ਪਤਾ ਵੀ ਰਾਤ ਕਿਵੇਂ ਲੰਘਦੀ ਆ ਬੱਚਿਆਂ ਦਾ ਬਜ਼ੁਰਗਾਂ ਦਾ ਮਰੀਜ਼ਾਂ ਦਾ ਇੰਨਾ ਬੁਰਾ ਹਾਲ ਆਉਂਦਾ ਵੀ ਸਾਹ ਨਹੀਂ ਆਉਂਦਾ ਕਿਉਂਕਿ ਹਰ ਕਿਸਾਨ ਉਹ ਚਾਹੁੰਦਾ ਵੀ ਅੱਗ ਮੈਂ ਨਾ ਲਾਵਾਂ ਪਰ ਮਜਬੂਰੀ ਸੀ ਹੁਣ 4-5 ਸਾਲ ਤੋਂ ਜਦ ਆਪਾਂ ਨੂੰ ਇਹਦਾ ਸਾਧਨ ਬਣ ਗਿਆ ਸੁਪਰ ਸੀਟਰ ਆ ਗਏ ਜਾਂ ਗੰਡਾ ਮੋਣੀਆਂ ਆ ਗਈਆਂ ਜਾਂ ਜੋ ਰੋਟਾਵੇਟਰ ਦੇ ਉੱਤੇ ਨੇ ਪਸੀਨਾ ਲਾਈਆਂ ਉਹਨਾਂ ਦੇ ਨਾਲ ਆਪਣਾ ਜੋ ਹੱਲ ਨਿਕਲਿਆ ਸਾਡੇ ਬਹੁਤ ਸਾਰੇ ਕਿਸਾਨ ਵੀਰ ਕਹਿੰਦੇ ਨੇ ਕਿ ਸਾਨੂੰ 100 ਰੁਪਿਆ ਸੈਂਟਰ ਸਰਕਾਰ ਬੌਨਸ ਦੇਵੇ ਤਾਂ ਅਸੀਂ ਅੱਗ ਲਾਉਣੀ ਫਟਾਂਗੇ ਪ੍ਰਭੂ ਮਈਸੇ ਹੀ ਬੇਨਤੀ ਆ ਵੀ ਸੈਂਟਰ ਸਰਕਾਰ ਨੇ ਨਾ ਕੋ ਅੱਗੇ ਦਿੱਤਾ ਨਾ ਦੇਣਾ ਸਾਡੇ ਗੁਰੂਆਂ ਦਾ ਜੋ ਪਤੇਸ ਹੈ ਵੀ ਆਪਾਂ ਉਹਨੂੰ ਧਾਰਨ ਕਰੀਏ ਪੰਥ ਬਸੇ ਮਾ ਉੱਜਣਾ ਮਨ ਚੌਕ ਨੇਰਾ ਸਾਡੇ ਗੁਰੂਆਂ ਨੇ ਕਿਹਾ ਵੀ ਮੇਰਾ ਭਾਵੇਂ ਕੱਖ ਨਾ ਰਹੇ ਪਰ ਜੋ ਮੇਰਾ ਖਾਲਸਾ ਪੰਥ ਸੇ ਹੱਸਦਾ ਬਸਦਾ ਰਹੇ ਇਸ ਵਾਸਤੇ ਪ੍ਰਭੂ ਮੇਰਿਆ ਸਾਹਿਬ ਨੂੰ ਇਹੀ ਅਪੀਲ ਆ ਵੀ ਆਪਾਂ ਇਹ ਗੱਲਾਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਪ੍ਰਦੂਸ਼ਨ ਤੋਂ ਬਚਾਉਣ ਵਾਸਤੇ ਜੇ ਆਪਾਂ ਨੂੰ ਅੱਗੇ ਕਿਹੜਾ ਆਪਣੀ ਜੋ ਖੇਤੀਆ ਲਾਹੇਬੰਦ ਹੈ ਪਹਿਲਾਂ ਵੀ ਘਾਟੇ ਬੰਦ ਹੈ ਹੋਰ ਘਾਟੇ ਬੰਦ ਹੋ ਜੂ ਪਰ ਆਪਾਂ ਆਪਣੇ ਜੋ ਪੰਜਾਬ ਨੂੰ ਬਚਾਈਏ ਧੂਆਂ ਰਹਦਾ ਉਹ ਬਣਾਈਏ ਇੰਨੀਆਂ ਕਿ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ